ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਨੂੰ ਜਾਣ ਵਾਲੇ ਰਸਤੇ ਦੇ ਵਿਚ ਆਏ ਦਿਨ ਲੁੱਟ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਤਰਨ ਤਾਰਨ ਥਾਣਾ ਸਿਟੀ ਪੁਲਿਸ ਗਫਲਤ ਦੀ ਨੀਂਦ ਸੁੱਤੀ ਪਈ ਹੈ। ਜਿਸ ਕਰਿਆਨੇ ਵਾਲੇ ਦੇ ਨਾਲ ਘਟਨਾ ਬੀਤੀ ਹੈ ਉਸ ਦੇ ਵੱਲੋਂ ਸਿਟੀ ਪੁਲਿਸ ਨੂੰ ਦਰਖਾਸਤ ਅਤੇ ਸੀਸੀਟੀਵੀ ਫੁਟੇਜ ਦੀ ਸੀਡੀ ਬਣਾ ਕੇ ਵੀ ਦਿੱਤੀ ਗਈ ਹੈ, ਪਰ ਪੁਲਿਸ ਕੈਮਰੇ ਦੇ ਅੱਗੇ ਬੋਲਣ ਤੋਂ ਸਾਫ ਇਨਕਾਰ ਕਰ ਰਹੀ ਹੈ। ਆਖਿਰ ਪੁਲਿਸ ਕਿਉਂ ਨਹੀਂ ਬੋਲ ਰਹੀ ਹੈ? ਇਹ ਚਿੰਤਾ ਦਾ ਵਿਸ਼ਾ ਹੈ। ਕਰਿਆਨਾ ਸਟੋਰ ਹੈ ਜੀ, ਪ੍ਰੀਤ ਕਰਿਆਨਾ ਸਟੋਰ ਜੀ। ਬਸ ਜੀ, ਤੁਹਾਨੂੰ ਦੱਸਿਆ ਮੈਂ ਰਾਤੀ ਸੁੱਤੇ ਸੀ, ਅਸੀਂ ਰਾਤੀ 10 ਵਜੇ ਬੂਹਾ ਖੜਕਿਆ ਬਾਹਰੋਂ, ਅਤੇ ਬੂਹਾ ਬਹੁਤ ਜ਼ਿਆਦਾ ਖੜਕਾਇਆ ਉਹਨਾਂ ਨੇ, ਅਤੇ ਆਪਾਂ 10 ਵਜੇ ਬੂਹਾ ਖੋਲਿਆ। ਫਿਰ ਉਹਨਾਂ ਨੇ ਆ ਕੇ ਸਾਡੇ ਕੋਲ ਗੁੜ ਦੀ ਮੰਗ ਕੀਤੀ, ਸਾਨੂੰ ਗੁੜ ਚਾਹੀਦਾ, ਘਰ ਬਹੁਤ ਜ਼ਰੂਰੀ ਚਾਹੀਦਾ, ਅਤੇ ਆਪਾਂ ਗੁੜ ਤੋਲਣ ਵਾਸਤੇ ਦੁਕਾਨ 'ਚ ਅੰਦਰ ਹੋਏ ਹਾਂ, ਅਤੇ ਉਹਨਾਂ ਨੇ ਘਰ ਦਾ ਬੂਹਾ ਅੰਦਰੋਂ ਮਾਰ ਕੇ, 2 ਜਣੇ ਸੀ, ਇੱਕ ਮੁੰਨਾ ਅਤੇ ਇੱਕ ਸਰਦਾਰ, ਅਤੇ ਉਹਨਾਂ ਨੇ ਪਿਸਤੌਲ ਕੱਢ ਲਈ ਇੱਕ ਨੇ, ਅਤੇ ਇੱਕ ਨੇ ਛੁਰਾ ਕੱਢਿਆ, ਅਤੇ ਸਾਨੂੰ ਕਿਹਾ ਵੀ ਜੋ ਕੁਛ ਹੈਗਾ ਦੇ ਦਿਓ। ਪਰ ਬੇਟਾ ਉੱਤੇ ਸੀ ਕੋਠੇ 'ਤੇ, ਉਹਨੇ ਰੌਲਾ ਪਾਇਆ, ਉਹਦੇ ਕਰਕੇ ਬਚਾਅ ਹੋ ਗਿਆ, ਲੋਕ ਜਾਗ ਪਏ, ਅਸੀਂ ਬਚ ਗਏ, ਉਹ ਭੱਜ ਗਏ। ਹਾਂਜੀ, ਅਸੀਂ ਥਾਣੇ ਗਏ ਸੀ, ਉਹਨਾਂ ਨੇ ਖਾਸ ਨਹੀਂ ਸਾਨੂੰ ਇੰਨਾ ਕਿਹਾ ਵੀ ਆਪੇ ਆਪਣੇ ਹੱਥੀਂ ਇੱਕ ਕਾਗਜ਼ 'ਤੇ ਲਿਖ ਦਿਓ ਦਰਖਾਸਤ, ਮੇਰੇ ਬੇਟੇ ਨੇ ਆਪਣੇ ਹੱਥੀਂ ਦਰਖਾਸਤ ਲਿਖ ਕੇ ਉਹਨਾਂ ਨੂੰ ਦੇ ਆਇਆ। ਕਹਿੰਦੇ ਸੀ ਕਾਨੂੰਨੀ ਕਾਰਵਾਈ ਕਰਾਂਗੇ, ਗਾੜੀ ਦੇਖੋ ਹੁਣ ਕੀ ਕਰਦੇ। ਚੰਦਰਾ ਕਲੋਨੀ 'ਚ ਮੈਂ ਹਰਪ੍ਰੀਤ ਕਰਿਆਨਾ ਸਟੋਰ 'ਤੇ, ਇੱਥੇ ਆਏ ਦਿਨ ਲੁੱਟਾਂ ਖੋਹਾਉਂਦੀਆਂ ਰਹਿੰਦੀਆਂ ਵਾ। ਦਿਨ ਦਿਹਾੜੇ ਇੱਕ ਮੇਨ ਰਸਤਾ ਜਾਂਦਾ ਦਰਬਾਰ ਸਾਹਿਬ ਨੂੰ, ਇੱਥੇ ਸਾਡੇ ਵੇਖਦੇ ਵੇਖਦੇ ਹਾਂ ਪਿਛਲੇ ਹਫ਼ਤੇ ਵੀ ਇੱਕ ਯਾਤਰੂ ਕੋਲੋਂ ਪਰਸ ਖੋਹ ਕੇ ਲੈ ਗਏ। ਪਿਛਲੇ ਹਫ਼ਤੇ ਇੱਥੇ ATM ਨੂੰ ਲੁੱਟਣ ਨੂੰ ਪਏ ਸਵੇਰੇ ਤੜਕੇ 6:30 ਵਜੇ ਦਿਨ ਵੇਲੇ, ਉਹ ਵੀ ਚਲੋ ਮਹਾਰਾਜ ਦਾ ਸ਼ੁਕਰ ਹੈ ਕਾਮਯਾਬ ਨਹੀਂ ਹੋਏ। ਕੱਲ੍ਹ ਰਾਤੀ 10 ਵਜੇ ਸਾਡੇ ਗੁਆਂਢੀ ਪ੍ਰੀਤ ਕਰਿਆਨਾ ਸਟੋਰ 'ਤੇ ਪਿਸਤੌਲ ਦੀ ਨੋਕ 'ਤੇ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ, ਉਹਦੇ ਮੁੰਡੇ ਦੁਆਰਾ ਰੌਲਾ ਪਾਉਣ ਕਰਕੇ ਉਹ ਘਬਰਾ ਕੇ ਭੱਜ ਗਏ। ਉਹਦਾ ਬਚਾਅ ਇੱਥੇ ਸਰਕਾਰ ਨੂੰ ਚਾਹੀਦਾ ਵਾ। ਇੱਕ ਤਾਂ ਮੇਨ ਰਸਤਾ ਦਰਬਾਰ ਸਾਹਿਬ ਜਾਂਦਾ, ਬਾਹਰੋਂ ਯਾਤਰੂ ਆਉਂਦੇ ਆ, ਇੱਥੇ ਕੋਈ ਨਾ ਕੋਈ ਪੁਲਿਸ ਦਾ ਬੰਦੋਬਸਤ ਕਰੇ, ਜਿਹੜੇ ਯਾਤਰੂਆਂ ਦੀ ਵੀ ਰੱਖਿਆ ਹੋ ਸਕੇ, ਅਤੇ ਸਾਡੇ ਇੱਥੇ ਮੁਹੱਲੇ ਨਿਵਾਸੀ ਜਿਹੜਾ ਥੋੜ੍ਹਾ ਜਿਹਾ ਆਰਾਮ ਨਾਲ ਰਹਿ ਸਕੇ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ, ਜਗਤ ਸੇਵਕ, ਵੈਬ TV।